ਸਤਿਗੁਰੂ ਦੇ ਚਰਨਾਂ ਦੀ ਕਿੰਨੀ ਜ਼ਿਆਦਾ ਮਹਾਨਤਾ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਜੀ ਨੇ ਫਰਮਾਈ ਹੈ, ਦੱਸੀ ਹੈ। ਸੱਚ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸਿੱਧ ਸਾਧਿਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿਜਤ ਤੇ ਸਵਾਮੀ ਅੱਖਰ ਜਿਨ ਕਉ ਆਇਆ। ਕਹਿੰਦੇ ਕਿ ਸਿੱਧੀਆਂ ਲਾਉਣ ਵਾਲੇ ਸਾਧਕ ਜੋਗੀ ਅਤੇ ਜੰਗਮ ਤੁਰੇ ਫਿਰਨ ਵਾਲੇ ਜਿੰਨੇ ਵੀ ਸਾਧੂ ਨੇ, ਸਾਰਿਆਂ ਨੇ ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕਰਕੇ ਉਸ ਇੱਕ ਨੂੰ ਧਿਆਇਆ, ਕਰਤਾ ਪੁਰਖ ਨੂੰ ਇੱਕ ਨੂੰ ਧਿਆਇਆ, ਜਿਨ੍ਹਾਂ ਨੇ ਪਰਮਾਤਮਾ ਨੂੰ ਸਮਝ ਲਿਆ ਉਸ ਇੱਕ ਨੂੰ, ਉਹਨਾਂ ਨੇ ਕੀ ਸਮਝਿਆ ਕਿ ਇਹ ਹੀ ਕਿ ਪਰਸਤ ਪੈਰ ਸਿੱਜਤ ਤੇ ਸਵਾਮੀ। ਸਿੱਜਤ ਭਾਵ ਸਮਝਣ ਤੋਂ, ਕਾਮਯਾਬ ਹੋਣ ਤੋਂ, ਸਫਲ ਹੋਣ ਤੋਂ ਭਾਵ ਹੈ ਕਿ ਉਹ ਹੀ ਕਾਮਯਾਬ ਹੁੰਦੇ ਨੇ ਜਿਹੜੇ ਗੁਰੂ ਦੇ ਪੈਰੀਂ ਮੱਥਾ ਟੇਕ ਕੇ, ਚਰਨਾਂ 'ਤੇ ਸਿਰ ਧਰ ਕੇ ਉਹਦਾ ਹੁਕਮ ਮੰਨਦੇ ਨੇ। ਉਹਨਾਂ ਨੇ ਹੀ ਸਵਾਮੀ ਉਸ ਕਰਤਾ ਪੁਰਖ ਅਕਾਲ ਪੁਰਖ ਨੂੰ ਜਾਣਿਆ। ਅੱਖਰ ਤੋਂ ਭਾਵ ਇੱਥੇ ਉਪਦੇਸ਼ ਤੋਂ ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ, ਜਿਨ੍ਹਾਂ ਨੇ ਗੁਰੂ ਦੇ ਚਰਨਾਂ 'ਤੇ ਸਿਰ ਰੱਖ ਕੇ ਉਹਦੇ ਹੁਕਮ ਨੂੰ ਮੰਨਿਆ, ਅਤੇ ਉਹ ਹੀ ਕਾਮਯਾਬ ਹੋਏ ਨੇ ਜਿਨ੍ਹਾਂ ਨੇ ਉਸ ਕਰਤਾ ਪੁਰਖ ਨੂੰ ਪਾਉਣਾ। ਉਹ ਗੁਰੂ ਦੇ ਚਰਨੀ ਲੱਗ ਕੇ ਅਤੇ ਕਾਮਯਾਬ ਹੋਣ ਦਾ ਤਰੀਕਾ ਗੁਰਬਾਣੀ ਮੁਤਾਬਕ ਇਹਨੂੰ ਮੰਨਣਗੇ ਅਤੇ ਤਾਂ ਹੀ ਉਹ ਕਾਮਯਾਬ ਹੋ ਸਕਦੇ ਨੇ ਕਿ ਗੁਰੂ ਦੇ ਚਰਨੀ ਲੱਗੋ ਅਤੇ ਉਸ ਕਰਤਾ ਪੁਰਖ ਅਕਾਲ ਪੁਰਖ ਨਾਲ ਜੁੜੋ।